ਐਜ਼ ਏ ਨੇਸ਼ਨ ਵੀ ਪੰਜਾਬ ਨੂੰ ਇੰਡੀਅਨ ਜਿਹੜੇ ਡੇਜ਼ ਨੇ ਉਹਨਾਂ ਨੂੰ ਇੰਡੀਪੈਂਡੈਂਸ ਡੇ ਦਾ ਜਿਹੜਾ ਬਾਈਕਾਟ ਕਰਨਾ ਚਾਹੀਦਾ ਹੈ। ਲੋਕਾਂ ਨੂੰ ਅਸੀਂ ਗੱਲ ਅਪੀਲ ਕਰਦੇ ਹਾਂ ਕਿ 15 ਤਰੀਕ ਦੇ ਜਸ਼ਨਾਂ ਤੋਂ ਜਿਹੜਾ ਆ ਉਹ ਦੂਰ ਰਹਿਣ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ 10 ਸਾਲਾਂ ਤੋਂ ਘੱਟ ਵੀ ਇਹ ਜਿਹੜਾ ਪ੍ਰੋਟੈਸਟ ਹੈ ਕਾਲਾ ਦਿਨ ਦੇ ਤੌਰ ਦੇ ਉੱਤੇ ਅਸੀਂ ਮਨਾਉਂਦੇ ਆ ਰਹੇ ਹਾਂ। ਔਰ 14 ਤਰੀਕ ਸ਼ਾਮ ਨੂੰ ਲੁਧਿਆਣੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਸ਼ਾਮੀ 3 ਵਜੇ ਇੱਕ ਪ੍ਰੋਟੈਸਟ ਮਾਰਚ ਇਹਨਾਂ ਦੋਵਾਂ ਪਾਰਟੀਆਂ ਦੇ ਕਾਰਕੁਨਾਂ ਵੱਲੋਂ ਕੀਤਾ ਜਾਏਗਾ, ਜਿਹੜਾ ਸ਼ਹਿਰ ਦੇ ਵਿੱਚ ਘੁੰਮਦਾ ਆ ਜਿਹੜਾ ਜਗਰਾਓਂ ਕੋਲ ਆ ਉਹਦੇ ਉੱਤੇ ਆ ਕੇ ਸਮਾਪਤ ਹੋਏਗਾ। ਸੰਵਿਧਾਨ ਦੀ ਇੱਕ ਧਾਰਾ ਕਹਿੰਦੀ ਹੈ 21 ਕਿ ਨੋ ਪਰਸਨ ਵਿਲ ਬੀ ਡਿਪਰਾਈਵਡ ਆਫ ਹਿਸ ਲਾਈਫ ਐਂਡ ਲਿਬਰਟੀ ਵਿਦਆਊਟ ਦ ਪ੍ਰੋਸੀਜਰ ਲੇਡ ਡਾਊਨ ਬਾਈ ਲੋ। ਇਹ ਕਿੰਨੇ ਕਿਹਾ ਕਿ ਬਗੈਰ ਅਦਾਲਤ ਦੀ ਕਾਰਵਾਈ ਤੋਂ ਬਗੈਰ ਪੁਲਿਸ ਅਤੇ ਫੌਜ ਘੱਟ ਗਿਣਤੀਆਂ ਨੂੰ ਮਾਰ ਸਕਦੀ ਹੈ, ਇਹਨਾਂ ਨੂੰ ਕਾਨੂੰਨ ਦੇ ਅੱਗੇ ਕਿਉਂ ਨਹੀਂ ਲੈ ਕੇ ਆਏ? ਇਹ ਸਾਰੇ ਸਾਡੇ ਰੰਜ ਹੈ, UPA ਲਾਤਾ। ਫਿਰ ਸਾਡੇ 32-32 ਸਾਲਾਂ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਹੈ, ਫਿਰ ਦਿਬੜੂਗੜ੍ਹ ਭੇਜ ਦਿੱਤੇ ਆ ਸਿੱਖ। ਮੇਰਾ ਕਹਿਣ ਦਾ ਮਤਲਬ ਉਹਨਾਂ ਦੇ ਖਿਲਾਫ਼ ਚਾਰਜ ਕੀ ਹੈ? ਉਹ ਸਿੱਖਾਂ ਦੇ ਉੱਤੇ ਤਾਂ ਚਾਰਜ ਹੀ ਨਹੀਂ ਲਾਇਆ, ਸਿਰਫ ਉਹਨਾਂ ਦੇ ਉੱਤੇ ਸਿਕਿਉਰਿਟੀ ਐਕਟ ਲਾਤਾ, ਕੋਈ ਦਫ਼ਾ ਨਹੀਂ ਕਾਨੂੰਨ ਦੀ ਲਗਾਈ ਹੋਈ। ਸੋ ਇਸ ਤਰ੍ਹਾਂ ਤਾਂ ਜੀ ਅਸੀਂ ਬਹੁਤ ਦੁਖੀ ਹੈ। ਬਾਕੀ ਚੀਮਾ ਸਾਹਿਬ ਸਾਡੇ ਪ੍ਰਧਾਨ ਹੈਗੇ ਦਲ ਖਾਲਸਾ, ਤਾਂ ਇਹ ਦੱਸ ਦੇਣਗੇ ਅਤੇ ਜੋ ਕੁਛ ਅਸੀਂ 24 ਨੂੰ ਕਰਨਾ ਹੈਗਾ, 14 ਨੂੰ ਕਰਨਾ ਲੁਧਿਆਣੇ, ਉਹ ਸਾਡੇ ਮਨ ਸਾਹਿਬ ਦੱਸ ਦੇਣਗੇ। ਆ ਚੀਮਾ ਸਾਹਿਬ ਹੁਣ ਤੁਹਾਡੇ ਨਾਲ ਗੱਲ ਕਰਨਗੇ। ਮਾਰਚ ਮਹੀਨੇ ਤੋਂ ਹੀ ਜਿਹੜੀਆਂ ਹਿੰਦੁਸਤਾਨ ਦੀਆਂ ਏਜੰਸੀਆਂ ਨੇ NIA CBI ਇਹ ਲਗਾਤਾਰ ਹੀ ਉਹਨਾਂ ਵੀਰਾਂ ਦੇ ਉੱਤੇ ਉਹਨਾਂ ਦੇ ਘਰਾਂ ਦੇ ਵਿੱਚ ਛਾਪੇ ਮਾਰਦੀ ਆ ਰਹੇ ਆ, ਜਿਹੜੇ ਨੌਜਵਾਨ ਜਾਂ ਜਿਹੜੇ ਸਿੱਖ ਖਾਲਿਸਤਾਨ ਦੇ ਨਾਲ ਸਮਰਥਕ ਨੇ ਜਾਂ ਖਾਲਿਸਤਾਨ ਦੇ ਨਾਲ ਡੈਮੋਕਰੈਟਿਕ ਤਰੀਕੇ ਦੇ ਨਾਲ ਖਾਲਿਸਤਾਨ ਦੀ ਲੜਾਈ ਜਿਹੜੀ ਲੜ ਰਹੇ ਆ, ਬਾਹਰ ਵਿਦੇਸ਼ਾਂ ਦੇ ਵਿੱਚ ਜਿਹੜੀ ਇੱਕ ਜਥੇਬੰਦੀ ਆ ਅਮਰੀਕ ਸਿੰਘ ਗਿੱਲ ਜਿਨ੍ਹਾਂ ਦੇ ਪ੍ਰਧਾਨ ਨੇ ਸਿੱਖ ਯੂਥ ਫੈਡਰੇਸ਼ਨ, ਉਹਨਾਂ ਦੇ ਜਨਰਲ ਸੈਕਟਰੀ ਨੇ ਚੇਹੜੂ ਸਾਹਿਬ, ਇਹਨਾਂ ਦੋਨਾਂ ਦੇ ਘਰਾਂ ਦੇ ਵਿੱਚ ਉੱਥੇ ਵੀ ਛਾਪੇ ਮਾਰੇ ਗਏ ਔਰ ਇੱਥੇ ਵੀ ਛਾਪੇ ਮਾਰੇ ਗਏ। ਇੱਥੇ ਉਹਨਾਂ ਦੇ ਭਰਾਵਾਂ ਤੋਂ ਬੁਰੇ ਤਰੀਕੇ ਦੇ ਨਾਲ ਪੁੱਛਗਿੱਛ ਕੀਤੀ ਗਈ। ਅਸੀਂ ਉਹਨਾਂ ਨੂੰ ਟੈਲੀਫੋਨ ਦੇ ਉੱਤੇ ਇਹ ਗੱਲ ਪੁੱਛੀ ਹੈ, ਚੇਹੜੂ ਸਾਹਿਬ ਨੂੰ ਵੀ, ਗਿੱਲ ਸਾਹਿਬ ਨੂੰ, ਵੀ ਕੀ ਗੱਲ ਹੋਈ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਨੇ ਬੁਰੇ ਤਰੀਕੇ ਦੇ ਨਾਲ ਸਾਡੇ ਭਰਾਵਾਂ ਨੂੰ ਸਾਡੇ ਘਰਾਂ ਦੇ ਵਿੱਚ ਆਣ ਕੇ ਇਹਨਾਂ ਨੇ ਡਰਾਇਆ ਕਿ ਤੁਸੀਂ ਜਿਹੜੇ ਤੁਹਾਡੇ ਭਰਾ ਬਾਹਰ ਵਿਦੇਸ਼ਾਂ ਦੇ ਵਿੱਚ ਸਪੋਰਟ ਕਰ ਰਹੇ ਹਾਂ ਖਾਲਿਸਤਾਨ ਦੀ, ਇਹ ਅਸੀਂ ਨਹੀਂ ਹੋਣਾ। ਇੱਦਾਂ ਦੇ ਕੁਸ਼ਚਨ ਇਹਨਾਂ ਨੇ ਪੁੱਛੇ ਕਿ ਜਿਹਦਾ ਸਿੱਧਾ ਮਤਲਬ ਇਹ ਸੀ ਕਿ ਖਾਲਿਸਤਾਨ ਦੀ ਸਪੋਰਟ ਹੈ ਜਿਹੜੀ ਉਹ ਛੱਡ ਦਿੱਤੀ ਜਾਵੇ। ਸੋ ਇਹ ਇੱਕ ਤਰੀਕੇ ਦੇ ਨਾਲ ਇੱਥੇ ਵੀ ਦੇਸ਼ਾਂ 'ਚ ਵੀ ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਪਰਿਵਾਰਾਂ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਆਪਣਾ ਡੈਮੋਕਰੈਟਿਕ ਤਰੀਕੇ ਦੇ ਨਾਲ ਵੀ ਹੋਰ ਵੀ ਜਿਹੜਾ ਵੀ ਸ਼ਿਕੰਜਾ ਇਹਨਾਂ ਤੋਂ ਵਰਤਿਆ ਜਾ ਸਕਦਾ ਇਹ ਉਹ ਵਰਤਦੇ ਹੈਗੇ ਆ। ਆ ਮਾਤਾ ਸੀ ਖੰਡੇ ਦੀ, ਮਾਨ ਸਾਹਿਬ ਨੇ ਕਿਹਾ ਕਿ ਅਵਤਾਰ ਸਿੰਘ ਖੰਡਾ ਦੀ ਮੌਤ ਹੋ ਗਈ, ਸ਼ਹੀਦ ਹੋ ਗਿਆ ਉਹ,
ਆਪਣਾ ਇੰਗਲੈਂਡ ਦੇ ਵਿੱਚ ਉਹਦੀ ਮਾਤਾ ਨੂੰ ਉਹਦੀ ਭੈਣ ਨੂੰ ਇਹਨਾਂ ਨੇ ਸੰਸਕਾਰ ਦੇ ਉੱਤੇ ਵੀਜ਼ਾ ਤੱਕ ਨਹੀਂ ਦਿੱਤਾ ਹੈਗਾ। ਸੋ ਡੈਮੋਕ੍ਰੈਟਿਕ ਤਰੀਕੇ ਦੇ ਉੱਤੇ ਜਿਹੜੇ ਵੀ ਕੋਈ ਸਕੰਜੇ ਇਹਨਾਂ ਤੋਂ ਯੂਜ਼ ਹੁੰਦੇ ਆ ਇਹ ਉਹਨਾਂ ਨੂੰ ਵਰਤ ਰਹੇ ਆ। ਸੋ ਇਹਨਾਂ ਸਾਰੀਆਂ ਹੀ ਜਿਹੜੀਆਂ ਕੁਤਾਹੀਆਂ ਇਹ ਕਰ ਰਹੇ ਆ ਜਾਂ ਸਾਡੇ ਉੱਤੇ ਤਸ਼ੱਦਦ ਦੇ ਜਿਹੜੇ ਕਰ ਰਹੇ ਆ, ਅਸੀਂ ਇਹਦੇ ਵਿਰੁੱਧ ਹਰੇਕ 15 ਅਗਸਤ ਨੂੰ 26 ਜਨਵਰੀ ਨੂੰ ਆਪਣੀ ਆਵਾਜ਼ ਆ ਜਿਹੜੀ ਉਸ ਤਰੀਕੇ ਦੇ ਨਾਲ ਵਧਾਉ ਕਰਦੇ ਆ ਰਹੇ ਹਾਂ, ਪ੍ਰੋਟੈਸਟ ਕਰਦੇ ਆ ਰਹੇ ਹਾਂ ਔਰ ਇਹ ਕਰਦੇ ਆ ਰਹੇ ਹਾਂ ਕਿ ਅਸੀਂ ਮਤਲਬ ਇਸ ਬਿਲਕੁਲ ਵੀ ਇਹਦੇ ਨਾਲ ਸਹਿਮਤ ਨਹੀਂ ਹੈ। ਹਿੰਦੁਸਤਾਨ ਦੀ ਆਜ਼ਾਦੀ ਨਾਲ ਅਸੀਂ ਸਹਿਮਤ ਨਹੀਂ, ਸਾਨੂੰ ਕੋਈ ਆਜ਼ਾਦੀ ਨਹੀਂ ਮਿਲੀ, ਇਹ ਕਾਲਾ ਦਿਨ ਹੈ। ਅਸੀਂ ਘੱਟ ਤੋਂ ਘੱਟ ਵੀ ਦੋਨੇ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ 10 ਸਾਲਾਂ ਤੋਂ ਘੱਟ ਵੀ ਇਹ ਜਿਹੜਾ ਪ੍ਰੋਟੈਸਟ ਹੈ ਕਾਲਾ ਦਿਨ ਦੇ ਤੌਰ ਦੇ ਉੱਤੇ ਅਸੀਂ ਮਨਾਉਂਦੇ ਆ ਰਹੇ ਹਾਂ। ਔਰ ਐਤਕੀ ਵੀ ਆ ਜਿੰਨੇ ਮਾਨ ਸਾਹਿਬ ਨੇ ਤੁਹਾਨੂੰ ਦੱਸੇ ਨੇ, ਜਿੰਨੇ ਇਹਨਾਂ ਨੇ ਤਸ਼ੱਦਦ ਸਾਡੇ 'ਤੇ ਜਿਸ ਤਰੀਕੇ ਦੇ ਨਾਲ ਕਰ ਰਹੇ ਨੇ, ਉਹਨਾਂ ਸਾਰਿਆਂ ਦੇ ਵਿਰੋਧ ਅਸੀਂ 14 ਤਰੀਕ ਨੂੰ ਦੂਖ ਨਿਵਾਰਨ ਸਾਹਿਬ ਗੁਰਦੁਆਰੇ ਤੋਂ ਸ਼ਾਮ ਦੇ 3 ਵਜੇ ਅਸੀਂ ਉੱਥੋਂ ਆਪਣਾ ਮਾਰਚ ਆ ਜਿਹੜਾ ਉਹ ਰੱਖਿਆ ਲੁਧਿਆਣੇ ਸਿਟੀ ਦੇ ਵਿੱਚੋਂ। ਔਰ ਅਸੀਂ ਦੋਨੇ ਜਥੇਬੰਦੀਆਂ ਪੂਰੇ ਤਰੀਕੇ ਦੇ ਨਾਲ ਪ੍ਰੋਟੈਸਟ ਆਪਣਾ ਕਰਾਂਗੇ ਔਰ ਤਾਂ ਕਿ ਮਤਲਬ ਇਹਨਾਂ ਨੂੰ ਅਸੀਂ ਹਿੰਦੁਸਤਾਨ ਦੀ ਕੌਮ ਦੇ ਹਿੰਦੁਸਤਾਨ ਦੀਆਂ ਏਜੰਸੀਆਂ ਦੇ ਅਸੀਂ ਕੱਦ ਘੱਟ ਤੋਂ ਘੱਟ ਵੀ ਖੜ੍ਹੇ ਕਰ ਸਕੀਏ, ਇਹਨਾਂ ਨੂੰ ਜਗਾ ਸਕੀਏ ਇਹਨਾਂ ਨੂੰ ਕਿ ਇਹ ਕਿੱਧਰ ਨੂੰ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਇਹ ਦੱਸਦੇ ਆ ਅਤੇ ਕਿੱਧਰ ਨੂੰ ਜਾ ਰਹੇ ਆ। ਸੋ ਇਹਨਾਂ ਸਾਰੀਆਂ ਜਾਤੀਆਂ ਦੇ ਵਿਰੁੱਧ ਸਾਡਾ 14 ਤਰੀਕ ਦਾ ਜਿਹੜਾ ਮਾਰਚ ਹੈ ਮੇਨ ਸਾਡਾ ਜਿਹੜਾ ਅੱਜ ਦਾ ਇੱਥੇ ਪ੍ਰੈਸ ਕਾਨਫਰੰਸ ਕਰਨ ਦਾ ਕੰਮ ਸੀਗਾ, ਮੌਕਾ ਸੀਗਾ, ਉਹ ਇਹੀ ਸੀਗਾ ਕਿ ਅਸੀਂ ਤੁਹਾਨੂੰ ਆਪ ਜੀ ਨੂੰ ਦੱਸਿਆ ਜਾਵੇ ਕਿ 14 ਤਰੀਕ ਨੂੰ ਜਿਹੜੀ ਹੈ ਉਹ ਕਾਨਫਰੰਸ ਅਸੀਂ ਮਾਰਚ ਕਰ ਰਹੇ ਹਾਂ ਲੁਧਿਆਣੇ ਦੇ ਵਿੱਚ। ਮਾਨ ਸਾਹਿਬ ਹੁਣ ਦੱਸਣਗੇ, ਹੁਣ ਮਾਨ ਸਾਹਿਬ ਬੋਲਣਗੇ ਸਾਡੇ ਜਨਰਲ ਸੈਕਟਰੀ ਦਲ ਖਾਲਸਾ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਜੀ ਹੋਣਾਂ ਨੇ ਤੁਹਾਨੂੰ ਬਰੀਫ ਦੇ ਵਿੱਚ ਦੱਸ ਦਿੱਤਾ ਹੈ ਕਿ ਜਿਹੜਾ ਇੱਕ 14 ਤਰੀਕ ਦਾ ਪ੍ਰੋਗਰਾਮ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੁਧਿਆਣੇ ਵਿੱਚ ਕੀਤਾ ਜਾਣਾ ਆ, ਜਿਹੜੇ ਮੇਨ ਇਸ਼ੂਜ਼ ਅਸੀਂ ਲਏ ਆ। ਹਾਲਾਂਕਿ ਸਾਡਾ ਇਹ ਮੰਨਣਾ ਹੈ ਕਿ ਪਿਛਲੇ 75 ਸਾਲਾਂ ਤੋਂ ਜਦੋਂ ਤੋਂ ਇੰਡੀਆ ਆਜ਼ਾਦ ਹੋਇਆ ਆ ਉਦੋਂ ਤੋਂ ਹੀ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਗਏ ਸੀਗੇ ਅਤੇ ਜਿਹੜਾ ਸਾਡਾ ਇਹਨਾਂ ਦੇ ਨਾਲ ਜੁੜਿਆ ਆ ਪਾਸਟ ਆ ਜਿਹੜਾ ਲੰਘਿਆ ਆ ਉਹ ਕੰਪਲੀਟ ਬਰੋਕਨ ਪ੍ਰੋਮਿਸਿਸ ਦਾ ਆ, ਬਿਟਰਾਇਲਸ ਦਾ ਆ। ਸਾਡੇ ਨਾਲ ਧੋਖੇ ਹੋਏ ਨੇ ਪੈਰ ਪੈਰ 'ਤੇ, ਚਾਹੇ ਉਹ ਸਾਡੇ ਸੂਬੇ ਨੂੰ ਲੈ ਕੇ ਹੋਵੇ ਅਤੇ ਚਾਹੇ ਐਜ਼ ਏ ਸਿੱਖ ਕੌਮ ਨੂੰ ਵੇਖਿਆ ਜਾਵੇ ਤਾਂ ਉਹਦੇ ਮੁਤਾਬਕ ਹੋਵੇ, ਚਾਹੇ ਪੰਜਾਬ ਦੇ ਪਾਣੀ ਖੋਣੇ ਹੋਣ, ਚਾਹੇ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਖੋਣੇ ਹੋਣ। ਸੋ ਸੂਬੇ ਦੀਆਂ ਜਿਹੜੀਆਂ ਅਲੱਗ ਅਲੱਗ ਪਾਵਰਸ ਆ ਉਹਨਾਂ ਨੂੰ ਦਿਨੋ ਦਿਨ ਜਿਹੜਾ ਘਟਾਉਣਾ ਕੇਂਦਰ ਵੱਲੋਂ ਉਹ ਵੀ ਲਗਾਤਾਰ ਜਾਰੀ ਆ, ਔਰ ਐਜ਼ ਏ ਕੌਮ ਸਿੱਖ ਕੌਮ ਦੇ ਉੱਤੇ ਜਿਹੜੀਆਂ ਜ਼ਾਤੀਆਂ ਨੇ ਉਹ ਵੀ ਸਾਡੇ ਸਾਰਿਆਂ ਦੇ ਸਾਹਮਣੇ ਨੇ। ਇਸ ਵਾਰ ਜਿਹੜਾ ਇਹ ਪ੍ਰੋਟੈਸਟ ਕੀਤਾ ਜਾਣਾ ਉਹਦੇ 'ਚ ਕੁਝ ਅਹਿਮ ਮੁੱਦੇ ਜਿਹੜੇ ਅਸੀਂ ਲਏ ਆ ਉਹਦੇ ਵਿੱਚੋਂ ਨੇ। ਸਭ ਤੋਂ ਪਹਿਲਾਂ ਹੈ ਮੈਡਲਿੰਗ ਆਫ ਸਟੇਟ ਇਨ ਰਿਲੀਜੀਅਸ ਅਫੇਅਰਸ, ਜਿਹੜਾ ਵਾਰ ਵਾਰ ਕਿਸੇ ਵੀ ਸਟੇਟ ਵੱਲੋਂ, ਚਾਹੇ ਉਹ ਕੇਂਦਰ ਆ ਅਤੇ ਚਾਹੇ ਪੰਜਾਬ ਸਰਕਾਰ ਆ, ਉਹ ਜਦੋਂ ਕਿਸੇ ਦੇ ਵੀ ਧਾਰਮਿਕ ਮਾਮਲਿਆਂ ਦੇ ਵਿੱਚ ਬੇਲੋੜੀ ਦਖਲ ਅੰਦਾਜ਼ੀ ਕਰਦੀ ਹੈ, ਚਾਹੇ ਉਹਨੂੰ ਜਿਹੜਾ ਆਉਣ ਵਾਲਾ ਯੂਨੀਫਾਰਮ ਸਿਵਲ ਕੋਡ ਆ ਉਹ ਲੈ ਲਿਆ ਜਾਵੇ, ਜਾਂ ਜੇ ਅਸੀਂ ਸਿੱਖਾਂ ਦੇ ਮਾਮਲੇ ਦੇ ਵਿੱਚ ਵੇਖਣਾ ਵੀ ਜਿਹੜਾ ਗੁਰਦੁਆਰਾ ਸੋਧ ਬਿੱਲ
ਪੰਜਾਬ ਸਰਕਾਰ ਨੇ ਵੀ ਪ੍ਰਪੋਜ਼ ਕੀਤਾ ਇਹ ਵੇਖਿਆ ਜਾਵੇ। ਸੋ ਇਹੋ ਜਿਹੇ ਹੋਰ ਵੀ ਬਹੁਤ ਸਾਰੇ ਇਸ਼ੂਜ਼ ਨੇ ਜਿਵੇਂ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਸ ਦੀ ਗੱਲ ਹੋਈ ਆ ਵੀ ਉਹਨੂੰ ਵੀ ਸਿੱਧਾ ਸਿੱਧਾ ਸਟੇਟ ਨੇ ਆਪਣੇ ਅਧੀਨ ਰੱਖਿਆ ਆ। ਸੋ ਉਹ ਇੱਕ ਅਹਿਮ ਇਸ਼ੂ ਸਾਡਾ ਹੈਗਾ ਜਿਹੜੀ ਸਟੇਟ ਦੀ ਦਖਲ ਅੰਦਾਜ਼ੀ ਆ ਧਾਰਮਿਕ ਮਸਲਿਆਂ ਦੇ ਵਿੱਚ ਸਾਡੇ, ਉਹਦੇ ਵਿਰੋਧ ਦੇ ਵਿੱਚ ਇਹ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜੇ ਕਾਲੇ ਕਾਨੂੰਨ ਚਾਹੇ UAPA ਚਾਹੇ NSA ਲਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਪਿਛਲੇ ਤਕਰੀਬਨ 4 ਮਹੀਨਿਆਂ ਤੋਂ ਪੂਰੇ ਭਾਰਤ ਦੀਆਂ ਅਲੱਗ ਅਲੱਗ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਆ, ਉਹਨਾਂ ਦੀ ਖੱਜਲ ਖੁਆਰੀ ਕੀਤੀ ਜਾ ਰਹੀ ਆ, ਉਹਦੇ ਵਿਰੋਧ ਦੇ ਵਿੱਚ ਕੀਤਾ ਜਾਏਗਾ। ਔਰ ਜਿਵੇਂ ਬੰਦੀ ਸਿੰਘਾਂ ਦੀ ਗੱਲ ਹੋਈ ਆ ਕਿ ਬਾਕੀ ਵੇਖੋ ਪੋਲੀਟੀਕਲ ਪ੍ਰਿਜ਼ਨਰਸ ਜਿਹੜੇ ਨੇ ਉਹ ਜਿਹੜੀਆਂ ਵੀ ਕੌਮਾਂ ਲੜਦੀਆਂ ਉਹਨਾਂ ਦੇ ਬਣਦੇ ਨੇ, ਅਸੀਂ ਇਹ ਗੱਲ ਮੰਨਦੇ ਹਾਂ, ਬਟ ਉਹਨਾਂ ਨੂੰ ਪੋਲੀਟੀਕਲ ਪ੍ਰਿਜ਼ਨਰਸ ਨੂੰ ਜਿਸ ਤਰੀਕੇ ਦੇ ਨਾਲ ਇੰਡੀਆ ਟ੍ਰੀਟ ਕਰਦਾ ਆ ਉਹ ਆਪਣੇ ਹੀ ਲੋਸ ਨੂੰ ਵਾਇਲੇਟ ਕਰਦਾ, ਜਿਹੜੇ ਉਹਦੇ ਆਪਣੇ ਕਾਨੂੰਨ ਨੇ ਉਹਨਾਂ ਦੇ ਮੁਤਾਬਕ ਹੀ ਜਦੋਂ ਉਹ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਦੇ ਬਾਵਜੂਦ ਵੀ ਉਹਨਾਂ ਨੂੰ ਜੇਲ੍ਹਾਂ 'ਚ ਰੱਖਿਆ ਆ। ਔਰ ਈਵਨ ਜਿਹੜਾ ਆਪਣਾ ਨਰਿੰਦਰ ਮੋਦੀ ਦਾ 2019 ਦਾ ਨੋਟੀਫਿਕੇਸ਼ਨ ਆ ਉਹਦੀ ਵੀ ਵਾਇਲੇਸ਼ਨ ਇਹਨਾਂ ਨੇ ਲਗਾਤਾਰ ਜਿਹੜੀ ਆ ਉਹ ਕੰਟੀਨਿਊ ਰੱਖੀ ਹੋਈ ਆ। ਹੋਮ ਮਿਨਿਸਟਰੀ ਜਿਹੜੀ ਆ ਉਹ ਉਹਨਾਂ ਦੀ ਰਿਹਾਈ ਤੋਂ ਲਗਾਤਾਰ ਮੁਨਕਰ ਹੋ ਰਹੀ ਹੈ। ਸੋ ਉਹਨਾਂ ਦਾ ਇਸ਼ੂ ਵੀ ਜਿਹੜਾ ਇਹਦੇ ਵਿੱਚ ਲਿਆ ਜਾਏਗਾ। ਜਿਵੇਂ ਇੱਥੇ ਮੇਰੇ ਤੋਂ ਪਹਿਲਾਂ ਦੱਸਿਆ ਗਿਆ ਕਿ ਜਿਹੜੀਆਂ ਖਾਲਿਸਤਾਨੀ ਧਿਰਾਂ ਨੇ ਜਾਂ ਜਿਹੜੇ ਖਾਲਿਸਤਾਨੀ ਆਗੂ ਨੇ ਜਾਂ ਜਿਹੜੇ ਕਾਰਕੁਨ ਨੇ ਉਹਨਾਂ ਨੂੰ NIA ਵੱਲੋਂ ਵਾਰ ਵਾਰ ਛਾਪੇਮਾਰੀ ਕਰਕੇ ਉਹਨਾਂ ਨੂੰ ਭੈਭੀਤ ਕੀਤਾ ਜਾ ਰਿਹਾ। ਔਰ ਇਕੱਲਾ ਉਹਨਾਂ ਤੱਕ ਹੀ ਸੀਮਤ ਨਹੀਂ ਰਹੇ, ਜਿਵੇਂ ਭਾਈ ਅਮਰੀਕ ਸਿੰਘ ਗਿੱਲ ਔਰ ਕੁਲਦੀਪ ਸਿੰਘ ਚਹੇੜੂ ਜਿਹੜੇ ਕਿ UK ਦੇ ਵਿੱਚ ਬੈਠੇ ਨੇ ਉਹਨਾਂ ਨੂੰ ਜਿਹੜਾ UK ਐਮਬੈਸੀ ਦੇ ਬਾਹਰ ਜਿਹੜਾ ਪ੍ਰੋਟੈਸਟ ਹੋਇਆ ਸੀ ਉਹਦੇ ਵਿੱਚ ਜੋੜ ਕੇ ਉਹਨਾਂ ਦਾ ਨਾਮ ਔਰ ਉਹਨਾਂ ਦੇ ਪਰਿਵਾਰ ਜਿਹੜੇ ਪੰਜਾਬ 'ਚ ਬੈਠੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ। ਔਰ ਇਕੱਲੀ ਗੱਲ ਛਾਪੇਮਾਰੀ 'ਤੇ ਨਹੀਂ ਰਹਿੰਦੀ, ਇਹ ਇੰਡੀਅਨ ਸਟੇਟ ਇਹ ਤੋਂ ਵੀ ਅੱਗੇ ਜਾਂਦੀ ਹੈ। ਉਹ ਕਿੱਥੇ ਜਾਂਦੀ ਹੈ ਕਿ ਜੇ ਉਹ ਘਰਾਂ ਦੇ ਵਿੱਚ ਆ ਕੇ ਪੁੱਛ ਪੜਤਾਲ ਕਰਦੇ ਨੇ ਜਦੋਂ ਨਹੀਂ ਕੁਝ ਨਿਕਲਦਾ ਉਹਦੇ ਬਾਵਜੂਦ ਪਰਿਵਾਰਾਂ ਦੇ ਮੋਬਾਈਲ ਫੋਨ ਲੈ ਜਾਂਦੇ ਨੇ ਔਰ ਉਹਨਾਂ ਨੂੰ ਕਹਿੰਦੇ ਨੇ ਤੁਸੀਂ ਦਿੱਲੀ ਆਓ। ਜਦੋਂ ਕੁਝ ਨਿਕਲ ਹੀ ਨਹੀਂ ਰਿਹਾ ਤੁਸੀਂ ਆਪ ਉਹਨਾਂ ਦੇ ਘਰ ਜਾ ਕੇ ਸਾਰੀ ਫੋਲਾ ਫਲਾਈ ਕਰ ਲਈ ਆ, ਕੋਈ ਤੁਹਾਨੂੰ ਡਾਕੂਮੈਂਟ ਜਾਂ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਮਿਲੀ, ਉਹਦੇ ਬਾਵਜੂਦ ਤੁਸੀਂ ਉਹਨਾਂ ਦਾ ਇੱਕ ਪ੍ਰਾਈਵੇਸੀ ਵਾਲਾ ਜਿਹੜਾ ਪੁਰਜਾ ਆ ਫੋਨ ਉਹਨੂੰ ਤੁਸੀਂ ਆਪਣੇ ਕਬਜ਼ੇ 'ਚ ਲੈ ਲੈਂਦੇ ਔਰ ਉਹਨਾਂ ਨੂੰ ਕਹਿੰਦੇ ਹੋ ਦਿੱਲੀ ਆਓ। ਸੋ ਇਹ ਜਿਹੜਾ ਉਹਨਾਂ ਨੂੰ ਭੈਭੀਤ ਕਰਨਾ ਉਹਨਾਂ ਦੀ ਪ੍ਰਾਈਵੇਸੀ ਦੇ ਉੱਤੇ ਇਨਡਾਇਰੈਕਟਲੀ ਮੈਂ ਕਹੂੰਗਾ ਕਿ ਹਮਲਾ ਕਰਨਾ ਜਿਹੜਾ ਉਹਨਾਂ ਦੇ ਮੋਬਾਈਲ ਫੋਨ ਲੈ ਕੇ ਜਾਣੇ ਇਹ ਉਹਦੇ ਵਿੱਚ ਇਨਵੋਲਵ ਨੇ। ਔਰ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਤਰੀਕੇ ਨਾਲ ਇਹ ਕਿਹਾ ਜਾ ਰਿਹਾ ਆ, ਬੇਸ਼ੱਕ ਉਹ ਮੂੰਹੋਂ ਨਾ ਕਹਿਣ ਬਟ ਉਹਨਾਂ ਦੀ ਭਾਵਨਾ ਇਹੋ ਹੀ ਆ ਵੀ ਜਿਵੇਂ ਤੁਹਾਡੇ ਬਾਕੀ ਭਰਾ ਬਾਹਰ ਬੈਠੇ ਨੇ ਤੁਹਾਨੂੰ ਵੀ ਅਸੀਂ ਹੁਣ ਪੰਜਾਬ ਦੇ ਵਿੱਚ ਨਹੀਂ ਜੀਣ ਦੇਣਾ, ਤੁਸੀਂ ਵੀ ਆਪਣੀ ਮਦਰਲੈਂਡ ਛੱਡੋ ਅਤੇ ਉੱਥੋਂ ਜਾਓ। ਸੋ ਸਾਨੂੰ ਮਜਬੂਰ ਕੀਤਾ ਜਾ ਰਿਹਾ ਇਹਨਾਂ ਚੀਜ਼ਾਂ ਦੇ ਲਈ। ਇੱਥੇ ਜਿਹੜੇ ਪਰਿਵਾਰ ਜਿਨ੍ਹਾਂ ਦਾ ਉਹਨਾਂ ਦੇ ਨਾਲ ਉਸ ਮੂਵਮੈਂਟ ਦੇ ਨਾਲ ਸ਼ਾਇਦ ਕੋਈ ਸਿੱਧਾ ਸਿੱਧਾ ਲੈਣ ਦੇਣ ਬਣਾ ਹੋਵੇ ਉਹਨਾਂ ਨੂੰ ਵੀ ਉਹਦੇ ਵਿੱਚ ਜੋੜ ਕੇ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਸ ਪ੍ਰੋਟੈਸਟ ਦਾ ਮੇਨ ਹਿੱਸਾ ਹੋਣਗੀਆਂ, ਚਾਹੇ NIA ਦੀ ਟੋਟਲ ਜਿਹੜੀ ਕਾਰਵਾਈ ਆ ਉਹਨੂੰ ਵੀ ਅਸੀਂ ਇਹਦੇ ਵਿੱਚ ਰੱਖਾਂਗੇ। ਔਰ ਜਿਹੜੀ ਸਟੇਟਲੀ ਮੈਡਲਿੰਗ ਆ ਉਹ ਇਕੱਲੀ ਸਿੱਖ ਅਫੇਅਰਸ ਦੇ ਵਿੱਚ ਨਹੀਂ, ਜਿਵੇਂ ਮੈਂ ਕਿਹਾ ਯੂਨੀਫਾਰਮ ਸਿਵਲ ਕੋਡ ਚਾਹੇ ਮੁਸਲਮਾਨਾਂ ਦਾ ਮਸਲਾ ਹੋਵੇ ਚਾਹੇ ਕੋਈ ਹੋਰ ਹੋਵੇ ਉਹਨੂੰ ਵੀ ਰੱਖਿਆ ਜਾਵੇ। ਜਿਹੜੀ ਮਨੀਪੁਰ ਦੇ ਵਿੱਚ ਜਿਹੜੀ ਇਸ ਟਾਈਮ ਵਾਇਲੈਂਸ ਚੱਲਦੀ ਪਈ ਆ ਉਹਦੇ ਵਿਰੋਧ ਦੇ ਵਿੱਚ ਵੀ ਕੀਤਾ ਜਾਵੇਗਾ। ਜਿਸ ਤਰੀਕੇ ਦੇ ਨਾਲ ਉੱਥੇ ਵੂਮੈਨਸ ਨੂੰ ਟ੍ਰੀਟ ਕੀਤਾ ਗਿਆ ਅਸੀਂ ਸਾਰਿਆਂ ਨੇ ਪਿਛਲੇ ਦਿਨਾਂ ਦੇ ਵਿੱਚ ਵੇਖਿਆ। ਸੋ ਉਹ ਇੱਕ ਸ਼ੇਮਫੁਲ ਫੇਸ ਆ ਇੰਡੀਅਨ ਸਟੇਟ ਦਾ ਅਸੀਂ ਕਹਾਂਗੇ ਵੀ ਉਹ ਇੱਕ ਘਿਨਾਉਣੀ ਹਰਕਤ ਜਿਹੜੀ ਉੱਥੇ ਹੋਈ ਉਸਦੇ ਬਾਵਜੂਦ ਪ੍ਰਾਈਮ ਮਿਨਿਸਟਰ ਨੂੰ ਉਸ ਦੇ ਉੱਤੇ ਬੋਲਣ ਲੱਗਿਆ ਕਿੰਨੇ ਦਿਨ ਲੱਗ ਗਏ ਤੁਹਾਡੇ ਸਾਰਿਆਂ ਦੇ ਸਾਹਮਣੇ। ਸੋ ਦਿਸ ਇਜ਼ ਦੀ ਕਰੈਕਟਰ ਆਫ ਦੀ ਇੰਡੀਅਨ ਸਟੇਟ ਕਿ ਉਹਦੇ ਆਪਣੇ ਘਰ ਦੇ ਵਿੱਚ ਇੰਨਾ ਕੁਝ ਹੋ ਰਿਹਾ ਬਟ ਇਹਨਾਂ ਨੂੰ ਕੀ ਪਈ ਆ ਕਿ ਅਸੀਂ ਬਾਹਰ ਜਾ ਕੇ ਕਿਹੜੇ ਕਿਹੜੇ ਪ੍ਰਾਈਮ ਮਿਨਿਸਟਰ ਦੇ ਨਾਲ ਮਿਲਣਾ ਜਾਂ ਕਿਹੜੇ ਪ੍ਰੈਜ਼ੀਡੈਂਟ ਦੇ ਨਾਲ ਮਿਲਣਾ। ਸੋ ਆਪਣਾ ਘਰ ਛੱਡ ਕੇ ਜਦੋਂ ਇਹੋ ਜਿਹੀਆਂ ਚੀਜ਼ਾਂ ਵੇਖਦਾ ਮਤਲਬ ਤੁਸੀਂ ਯੂ ਆਰ ਨੋਟ ਸੀਰੀਅਸ ਅਬਾਊਟ ਯੂਅਰ ਓਨ ਹਾਊਸ ਵੀ ਤੁਸੀਂ ਆਪਣੇ ਘਰ ਦੇ ਬਾਰੇ ਤੁਹਾਨੂੰ ਅਜੇ ਜਿਹੜਾ ਵਾ ਵਿੱਚ ਜਿਹੜਾ ਰੌਲਾ ਪਿਆ ਉਹ ਤੁਸੀਂ ਸਾਂਭਿਆ ਨਹੀਂ ਔਰ ਤੁਸੀਂ ਬਾਕੀ ਸਾਰੇ ਮੁਲਕਾਂ ਦੇ ਨਾਲ ਜਿਹੜਾ ਟਾਈ ਅਪ ਕਰ। ਸੋ ਮਣੀਪੁਰ ਦੇ ਵਿੱਚ ਜਿਹੜੀ ਘਟਨਾਵਾਂ ਵਾਪਰੀਆਂ ਉਹ ਵੀ ਇਸ ਪ੍ਰੋਟੈਸਟ ਦਾ ਜਿਹੜਾ ਵਾ ਹਿੱਸਾ ਰਹਿਣਗੀਆਂ। ਸੋ ਇਹ ਸਾਰੇ ਇਸ਼ੂਜ਼ ਅਸੀਂ ਜਿਹੜੇ ਆ ਉਹ 14 ਤਰੀਕ ਦੇ ਪ੍ਰੋਟੈਸਟ ਦੇ ਵਿੱਚ ਮੇਨ ਇਸ਼ੂਜ਼ ਲਏ ਨੇ।
ਇਹਦੇ ਇਲਾਵਾ ਇਹ ਜਿਹੜੀ ਸਾਡੀ ਲਿਸਟ ਆ ਇਸ਼ੂਜ਼ ਦੀ ਹੈ ਐਂਡਲੈਸ ਆ, ਬਟ ਮੇਨਲੀ ਅਸੀਂ ਇਹ ਜਿਹੜੇ 4-5 ਇਸ਼ੂਜ਼ ਨੇ ਉਹਨਾਂ ਨੂੰ ਹਾਈਲਾਈਟ ਕਰਾਂਗੇ, ਔਰ ਅਸੀਂ ਪੰਜਾਬ ਵਾਸੀਆਂ ਨੂੰ ਵੀ ਅਪੀਲ ਕਰਾਂਗੇ ਕਿ ਐਜ਼ ਏ ਨੇਸ਼ਨ ਮੈਂ ਤਾਂ ਕਹਿੰਦਾ, ਕਈਆਂ ਨੂੰ ਹੋ ਸਕਦਾ ਇਹ ਗੱਲ ਮੇਰਾ ਪੁਆਇੰਟ ਅਜੀਬ ਲੱਗਿਆ, ਕਿਉਂਕਿ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੱਕ ਸੋਵਰਨ ਪੰਜਾਬ ਦੀ ਲੜਾਈ ਲੜਦੀ ਆ, ਔਰ ਅਸੀਂ ਇਹ ਬਿਲੀਵ ਕਰਦੇ ਹਾਂ ਕਿ ਪੰਜਾਬ ਇੱਕ ਮੁਲਕ ਸੀ, ਹੈ ਔਰ ਇਹ ਰਹੇਗਾ, ਬੇਸ਼ੱਕ ਇਹਦੇ ਉੱਤੇ ਕਬਜ਼ਾ ਕਿਸੇ ਦਾ ਵੀ ਹੋਵੇ। ਸੋ ਉਸ ਚੀਜ਼ ਨੂੰ ਐਜ਼ ਏ ਨੇਸ਼ਨ ਵੀ ਪੰਜਾਬ ਨੂੰ ਇੰਡੀਅਨ ਜਿਹੜੇ ਡੇਜ਼ ਨੇ ਉਹਨਾਂ ਨੂੰ ਇੰਡੀਪੈਂਡੈਂਸ ਡੇ ਦਾ ਜਿਹੜਾ ਬਾਈਕਾਟ ਕਰਨਾ ਚਾਹੀਦਾ ਹੈ, ਇਹਨੂੰ ਅਸੀਂ ਬਲੈਕ ਇੰਡੀਪੈਂਡੈਂਸ ਡੇ ਦੇ ਤੌਰ ਦੇ ਉੱਤੇ ਮੰਨਦੇ ਹਾਂ, ਇਹ ਸਾਡੇ ਲਈ ਕੋਈ ਆਜ਼ਾਦੀ ਵਾਲੀ ਗੱਲ ਨਹੀਂ ਗੀ। ਸੋ ਲੋਕਾਂ ਨੂੰ ਅਸੀਂ ਗੱਲ ਅਪੀਲ ਕਰਦੇ ਹਾਂ ਕਿ 15 ਤਰੀਕ ਦੇ ਜਸ਼ਨਾਂ ਤੋਂ ਜਿਹੜਾ ਆ ਉਹ ਦੂਰ ਰਹਿਣ, ਔਰ 14 ਤਰੀਕ ਸ਼ਾਮ ਨੂੰ ਲੁਧਿਆਣੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਸ਼ਾਮੀ 3 ਵਜੇ ਇੱਕ ਪ੍ਰੋਟੈਸਟ ਮਾਰਚ ਇਹਨਾਂ ਦੋਵਾਂ ਪਾਰਟੀਆਂ ਦੇ ਕਾਰਕੁਨਾਂ ਵੱਲੋਂ ਕੀਤਾ ਜਾਏਗਾ, ਜਿਹੜਾ ਸ਼ਹਿਰ ਦੇ ਵਿੱਚ ਘੁੰਮਦਾ ਆ ਜਿਹੜਾ ਜਗਰਾਓਂ ਕੋਲ ਆ ਉਹਦੇ ਉੱਤੇ ਆ ਕੇ ਸਮਾਪਤ ਹੋਏਗਾ। ਸੋ ਇਹਦੇ ਇਲਾਵਾ ਜਿਹੜੀ ਇਹ ਜਾਣਕਾਰੀ ਆ ਜਿਹੜੀ 14 ਤਰੀਕ ਦੀ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਦੇ ਦਿੱਤੀ ਆ। ਸੋ ਜੇ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਉਹ ਅਸੀਂ ਲੈ ਸਕਦੇ ਹਾਂ। ਥੈਂਕ ਯੂ।